ਬਠਿੰਡਾ ਦੇ ਡੀਐਸਪੀ ਕਰਨਸ਼ੇਰ ਸਿੰਘ ਦੁਆਰਾ ਸੁਖਬੀਰ ਸਿੰਘ ਬਾਦਲ ਦੇ ਪੈਰੀ ਹੱਥ ਲਾਉਣ ਦੀ ਫੋਟੋ ਮੀਡੀਆ 'ਚ ਆਉਣ ਤੋਂ ਬਾਅਦ ਡੀਐਸਪੀ ਦੀਆਂ ਮੁਸ਼ਕਲਾਂ ਵਧੀਆਂ ਹਨ। ਬਠਿੰਡਾ ਦੇ ਆਈਜੀ ਨੇ ਖੁਲਾਸਾ ਕੀਤਾ ਹੈ ਕਿ ਡੀਐਸਪੀ ਦੁਆਰਾ ਸੁਖਬੀਰ ਸਿੰਘ ਬਾਦਲ ਦੇ ਪੈਰੀ ਹੱਥ ਲਾਏ ਜਾਣ ਦੀ ਐਸਐਸਪੀ ਨੇ ਜਾਂਚ ਕੀਤੀ ਹੈ ਅਤੇ ਡੀਐਸਪੀ ਨੂੰ ਦੋਸ਼ੀ ਪਾਇਆ ਗਿਆ ਹੈ। ਇਹ ਕਾਨੂੰਨ ਦੀ ਉਲੰਘਣਾ ਹੈ। ਐਮਐਫ ਫਾਰੂਕੀ ਆਈਜੀ ਬਠਿੰਡਾ ਰੇਂਜ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਕਿਹਾ, ਦੇਖੋ ਕੱਲ ਇੱਕ ਰਿਪੋਰਟ ਹੋਇਆ ਸੀਗਾ ਸਾਡੇ ਕੋਲ ਕਿ ਡੀਐਸਪੀ ਕਰਨਸ਼ੇਰ ਸਿੰਘ ਨੇ ਮਿਸਟਰ ਸੁਖਬੀਰ ਬਾਦਲ ਦੇ ਪੈਰ ਛੂਏ ਸੀਗੇ ਯੂਨੀਫਾਰਮ 'ਚ, ਅਤੇ ਇਹਦੀ ਜਦੋਂ ਇਨਕੁਆਇਰੀ ਕਰਾਈ ਗਈ ਐਸਐਸਪੀ ਕੋਲੋਂ ਰਿਪੋਰਟ ਹਾਸਲ ਕੀਤੀ ਗਈ ਅਤੇ ਐਸਐਸਪੀ ਵੱਲੋਂ ਜਿਹੜੀ ਰਿਪੋਰਟ ਆਈ ਉਹਦੇ ਮੁਤਾਬਿਕ ਇਹ ਇਲੈਕਸ਼ਨ ਕੋਰਟ ਦਾ ਵਾਇਲੇਸ਼ਨ ਪਾਇਆ ਗਿਆ ਅਤੇ ਇਹਦੇ ਸੰਬੰਧ ਵਿੱਚ ਸਾਡੇ ਵੱਲੋਂ ਰਿਪੋਰਟ ਜਿਹੜੀ ਹੈਗੀ ਵਰਦੇ ਡੀਜੀਪੀ ਆਫਿਸ ਨੂੰ ਭੇਜ ਦਿੱਤੀ ਗਈ ਹੈਗੀ ਅਤੇ ਫਰਦਰ ਜਿਹੜੀ ਹੈਗੀ ਉਹ ਇਲੈਕਸ਼ਨ ਕਮਿਸ਼ਨ ਨੂੰ, ਚੋਣ ਕਮਿਸ਼ਨ ਨੂੰ ਭੇਜੀ ਗਈ ਹੋਊਗੀ ਅਤੇ ਸਾਡੇ ਵੱਲੋਂ ਜਿਹੜੀ ਕਾਰਵਾਈ ਹੈਗੀ ਉਹ ਮੁਕੰਮਲ ਪੁਖਤਾ ਤੌਰ 'ਤੇ ਮੁਕੰਮਲ ਕੀਤੀ ਜਾ ਚੁੱਕੀ ਹੈ। ਕੀ ਕੀਤੀ ਤੁਸੀਂ ਕਾਰਵਾਈ? ਸਾਡੇ ਵੱਲੋਂ ਰਿਪੋਰਟ ਭੇਜੀ ਜਾ ਚੁੱਕੀ ਹੈ ਜੀ, ਹੁਣ ਜਿਹੜੀ ਕਾਰਵਾਈ ਕਰਨੀ ਹੈ ਉਹ ਅੱਗਾਂ ਅੱਗੇ ਜਿਹੜੇ ਆਰਡਰ ਆਉਣਗੇ ਉਹਦੇ ਮੁਤਾਬਿਕ ਹੋ। ਸਰ, ਜਿਸ ਤਰ੍ਹਾਂ ਡੀਐਸਪੀ ਸਾਹਿਬ ਨਾਲ ਵੀ ਸਾਡੀ ਗੱਲ ਹੋਈ ਹੈ, ਉਹਨਾਂ ਨੇ ਇਹ ਗੱਲ ਕਹੀ ਹੈ ਵੀ ਕਹਿੰਦਾ ਮੈਂ ਪੈਰ ਨਹੀਂ ਛੋਏ, ਉਹ ਗਿਰ ਰਹੇ ਸੀ, ਉਹ ਮੈਂ ਗੱਡੀ 'ਚ ਚੁੱਕ ਰਿਹਾ ਸੀ, ਇਹ ਜਿਹਾ ਵੀ ਕੁਛ ਆਇਆ ਜੀ ਕੋਈ ਸਾਹਮਣੇ ਜਾਂਚ ਦੇ ਵਿੱਚ? ਜੀ, ਹੱਥ ਕੰਗਨ ਗੁਆਰ ਸੀਗੇ, ਤੁਸੀਂ ਤਸਵੀਰ ਦੇਖ ਹੀ ਲਈ ਹੈਗੀ। ਹੁਣ ਜਿਹੜੀ ਰਿਪੋਰਟ ਹੈ ਉਹਦੇ ਮੁਤਾਬਿਕ ਉਹਨਾਂ ਦੀ ਜਿਹੜੀ ਹੈਗੀ ਉਹ ਜਵਾਬ ਰਿਪਲਾਈ ਨੂੰ ਸੈਟਿਸਫੈਕਟਰੀ ਨਹੀਂ ਪਾਇਆ ਗਿਆ।